मैं इस फिल्म दा ओ करदार बोल रहे हैं जिन्हों फिल्म वेखन दे दौरान हर बंदे दा ही दिल करदा है कि नु बाहर कढ के जुत्तियां फेरी है। एक नसीहत सुन लो के बंदे कोल दो रस्ते हुंदे ने, एक उचाई दा ते दूजा बुराई दा पैड़े हो। बेशक अच्छाई दे रस्ते च बहुत मुश्किलां हुंदियां ने, पर जित जिहड़ी आ हमेशा अच्छाई दी हुंदी है। ते इस फिल्म दा हीरो है मुरली ते है ओहदी मिठी जी हीरोइन मीना। ਇਹ ਕੁੜੀ ਤੇ ਆਪਣੇ ਕਾਲੇ ਦੇ ਮੁੰਡੇ ਨਾਲ ਪਿਆਰ ਕਰਦੀ ਏ, ਪਰ ਇਹਦਾ ਹੀਰੋ ਮੁਰਲੀ ਸਾਰੀ ਜ਼ਿੰਦਗੀ ਇਹਦਾ ਇੰਤਜ਼ਾਰ ਕਰਦਾ ਏ। ਐਡਾ ਢੀਠ ਏ ਹੁਣ ਵੀ ਕਿਤੇ ਪਿੱਛੇ ਹੀ ਹੋਣਾ ਉਹ। ਲਓ ਮੈਂ ਚੱਲਦਾ ਉਹਦੇ ਆ ਗਿਆ ਜੀ। ਚਾਚੇ ਬੜੀ ਮਿਹਰਬਾਨੀ, ਜਾ ਜਾ ਕੇ ਬੁੜੀਆਂ ਦੀ ਬੱਸ ਚ ਬਹਿ। ਤੂੰ ਵੀ ਬੈਠਣ ਦਿਓ, ਪਤਾ ਨਹੀਂ ਲੇਡੀਜ਼ ਫਸਟ ਹੈ। ਉਹ ਨਾ ਚੜੋ ਇਹਨੂੰ, ਇਹਨੇ ਆਪਣੀ ਅੰਮੀ ਨੂੰ ਲੈ ਆਉਣਾ ਜੇ। ਉਹ ਲਿਆਉਣ ਦੇ, ਮੈਂ ਆਪਣੇ ਅੱਬੇ ਨੂੰ ਲਿਆਉਂਗਾ। ਲਓ ਬਈ ਸਾਰੇ ਸਟੂਡੈਂਟ, ਡੋਂਟ ਕੰਨ ਖੋਲ ਕੇ ਮੇਰੀ ਗੱਲ ਸੁਣ ਲਓ। ਇੱਥੇ ਅਸੀਂ ਗੇਂਦਾਂ ਨੇ ਨਹੀਂ ਖੇਲਣਾ ਹੈ ਚੌਧਰੀ ਸਾਹਿਬ, ਕੋਈ ਕੰਮ ਦੀ ਗੱਲ ਵੀ ਸੁਣ ਲਓ। ਹੁਣ ਕਿਸੇ ਪ੍ਰੋਫੈਸਰ ਨਾਲ, ਕਿਸੇ ਮਾਸਟਰ ਦੇ ਨਾਲ ਬਦਤਮੀਜ਼ੀ ਨਾਲ ਪੇਸ਼ ਨਹੀਂ ਆਉਣਾ, ਨਹੀਂ ਤੇ ਮੈਂ ਤੁਹਾਡੇ ਐਸਾ ਪੇਸ਼ ਪਵਾਂਗਾ ਕਿ ਤੁਹਾਡੀਆਂ ਜ਼ਬਰਾਂ ਪੇਸ਼ਾ ਉੜਾ ਦੇਵਾਂਗਾ। ਅਸੀਂ ਇੱਥੇ ਮੁਖਤਲਿਫ ਤਜਰਬਾਤ ਕਰਨ ਨੂੰ ਆਏ ਹਾਂ ਤੇ ਅੱਜ ਸਪੈਸ਼ਲ ਰਿਸਰਚ ਸਾਡੀ ਮੱਕੜੀਆਂ ਦੇ ਉੱਤੇ ਆ। ਉਹ ਸਮਝ ਲੱਗ ਗਈ ਨਾ, ਆਜੋ। ਓ ਤੁਸੀਂ ਵੀ ਨਾ, ਡਰਾਈਵਰ ਗੱਡੀ ਇੱਥੇ ਰੋਕ ਲਾ ਯਾਰ, ਅੱਗੇ ਨਾ ਲੈ ਕੇ ਜਾਈ। ਕਿਉਂ, ਅੱਗੇ ਮੀਂਹ ਪੈ ਰਿਹਾ। ਅੱਬਾ ਮੈਂ ਨਹੀਂ ਚਾਹੁੰਦਾ ਮੇਰੇ ਦੋਸਤਾਂ ਤੇ ਸਾਡੀ ਵੱਡੀ ਗੱਡੀ ਦਾ ਰੋਹ ਪਵੇ। ਟਾਂਗਾ ਲੈ ਲਵਾਂ ਗੱਡੀ ਵੇਚ ਕੇ, ਜਿਹੜੇ ਸਕੂਲ 'ਚ ਤੈਨੂੰ ਦਾਖਲ ਕਰਾਇਆ ਫੇਲ ਹੋਇਆ ਵਾ। ਸ਼ਹਿਰ ਦਾ ਕੋਈ ਐਸਾ ਸਕੂਲ ਰਹਿ ਗਿਆ ਜਿੱਥੇ ਤੂੰ ਮੈਨੂੰ ਮਿਸ ਨਾ ਕਰਾਇਆ? ਮੈਂ ਤਾਂ ਪੜ੍ਹਦਾ ਵਾ। ਹੋਰ ਮੈਂ ਕਿਹੜਾ ਸਕੂਲਾਂ ਦੇ ਬਾਹਰ ਚੂਰਨ ਵੇਚਦਾ? ਸ਼ਰਮ ਤਾਂ ਨਹੀਂ ਆਉਂਦੀ ਤੈਨੂੰ? ਕਾਹਦੀ ਸ਼ਰਮ ਕਰਾਂ, ਮੈਂ ਨੰਗਾ ਬੈਠਾ ਪਿੱਛੇ ਹੀ ਪੈ ਗਿਆ। ਕੀ ਕਿਹਾ ਤੂੰ? ਉਹ ਅੱਬਾ ਕੁਛ ਨਹੀਂ ਕਿਹਾ। ਪੜ੍ਹਾਈ ਵੱਲ ਧਿਆਨ ਰੱਖੀ ਓਏ। ਉਹ ਮੁਰਲੀ ਬੱਬੂ ਸੁਣਾ, ਤਬੀਤਾਂ ਦਾ ਕੈਸੀ ਹੈ? ਬੱਬੂ ਬਸਤਾ ਲਾਇਆ ਆਪਣਾ, ਤੂੰ ਗੱਡੀ 'ਚ ਭੁੱਲ ਗਿਆ ਸੀ। ਮੁਰਲੀ ਤੂੰ ਮੈਨੂੰ ਕਹਿੰਦਾ ਹੁੰਦਾ ਸੀ ਨਾ ਆਪਣੇ ਅੱਬੂ ਨਾਲ ਮਿਲਾਈ, ਐ ਨੇ ਮੇਰੇ। ਅਸਲਾਮ ਅਲੈਕਮ। ਵਾਲੈਕਮ ਸਲਾਮ। ਤੁਹਾਡੇ ਨਾਲ ਮਿਲ ਕੇ ਬੜੀ ਖੁਸ਼ੀ ਹੋਈ ਸਰ। ਬੱਬੂ ਨੇ ਦੱਸਿਆ ਕਿ ਤੂੰ ਬਹੁਤ ਵੱਡਾ ਸਾਇੰਸਦਾਨ ਬਣਨਾ ਚਾਹੁੰਦਾ। ਸਰ ਮੈਂ ਵੀ ਤੁਹਾਡਾ ਬੜਾ ਵੱਡਾ ਫੈਨ ਹਾਂ, ਮੈਂ ਤੁਹਾਡੀਆਂ ਲਿਖੀਆਂ ਸਾਰੀਆਂ ਕਿਤਾਬਾਂ ਪੜ੍ਹੀਆਂ ਨੇ। ਤੈਨੂੰ ਸਮਝ ਆਈ? ਹਾਂਜੀ ਸਰ, ਮੈਂ ਬੜੇ ਗੌਰ ਦੇ ਨਾਲ ਉਹ ਕਿਤਾਬਾਂ ਪੜ੍ਹੀਆਂ ਨੇ। ਬਹੁਤ ਅੱਛੀ ਬੱਬੂ ਨਾਲ ਤੇਰੀ ਵਾਹਵਾ ਦੋਸਤੀ ਲੱਗਦੀ ਹੈ। ਹਾਂਜੀ ਬੱਬੂ ਮੇਰਾ ਬਹੁਤ ਅੱਛਾ ਦੋਸਤ ਆ। ਓਏ ਆਜੋ, ਕਲਾਸ ਦਾ ਟਾਈਮ ਹੋ ਗਿਆ ਜੀ। ਅੱਛਾ ਸਰ, ਸਾਡੀ ਕਲਾਸ ਦਾ ਟਾਈਮ ਹੋ ਗਿਆ, ਫੇਰ ਮਿਲਾਂਗੇ। ਬਿਲਕੁਲ ਬਿਲਕੁਲ। ਤੇਰੇ ਅੱਬੂ ਲੱਗਦੇ ਤੇ ਚੰਗੇ ਆ ਬੇਟੇ। ਉਹ ਤੇਰੀ ਮੋਟੇ ਸ਼ੀਸ਼ਿਆਂ ਲਈ ਐਨਕ ਵੇਖ ਕੇ ਤੇ ਰਹਿ ਗਏ ਆ। ਹੈਗੇ ਤੁਸੀਂ ਦੋਵੇਂ ਕੱਖ ਨਹੀਂ ਇਸ ਦੁਨੀਆ ਦੇ ਵਿੱਚ। ਸਾਡੀ ਨਜ਼ਰ 'ਚ ਜਿੰਨੀਆਂ ਵੀ ਮੱਕੜੀਆਂ ਨੇ, ਅਸੀਂ ਉਹ ਸਾਰੀਆਂ ਹੀ ਪਕੜੀਆਂ ਨੇ। ਅਸੀਂ ਤੁਹਾਨੂੰ ਦੱਸਾਂਗੇ ਕਿ ਇਹਨਾਂ ਮੱਕੜੀ ਦੀਆਂ ਕਿੰਨੀਆਂ ਲੱਤਾਂ, ਕਿੰਨੀਆਂ ਬਾਹਾਂ, ਮੈਂ ਮੰਜੀ ਕਿੱਥੇ ਡਾਵਾਂ, ਸਭ ਕੁਝ ਦੱਸਾਂਗੇ। ਪਹਿਲਾਂ ਮੈਂ ਤੁਹਾਨੂੰ ਇਹਨਾਂ ਮੱਕੜੀਆਂ ਦੀਆਂ ਕੁਝ ਕਿਸਮਾਂ ਦੱਸਦੀ ਹਾਂ। ਕੁਛ ਮੱਕੜੀਆਂ ਹੁੰਦੀਆਂ ਨੇ ਜਿਹੜੀਆਂ ਪਾਗਲ ਦੀਆਂ ਪੁੱਤਰਾਂ ਚੁੱਕੇ ਤੇ ਡੰਗ ਮਾਰਦੀਆਂ, ਤੇ ਕੁਛ ਮੱਕੜੀਆਂ ਹੁੰਦੀਆਂ ਨੇ ਜਿਹੜੀਆਂ ਕੰਨ ਤੇ ਡੰਗ ਮਾਰ ਕੇ ਬੰਦੇ ਦੇ ਆਲੂ ਪਾ ਦਿੰਦੀਆਂ ਤੇ ਬੰਦੇ ਨੂੰ ਵਕਤ 'ਚ ਪਾ ਦਿੰਦੀਆਂ। ਫੋਟੋ ਖਿੱਚ ਲਾ ਇਹਦੀ। ਚੱਲ ਤੇ ਇਹ ਜਿਉ ਮੱਕੜੀ ਵੇਖੋ, ਇਹਨੇ ਘਰ ਏਡਾ ਲਾਇਆ ਕੜਾਈਆਂ ਕਰਨ ਦਾ। ਪਾਗਲ ਦੀ ਪੁੱਤਰ, ਇਸ ਮੱਕੜੀ ਦੇ ਜਾਲ 'ਚ ਬੰਦਾ ਇੰਜ ਫਸਦਾ ਜਿਵੇਂ ਕੋਈ ਪਠਾਨਾ ਕੋ ਕਿਸਤਾ ਦੇ ਟੀਵੀ ਲੈ ਕੇ ਫਸ। ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸਾਂ ਕਿ ਮੈਂ ਇਹ ਮੱਕੜੀ ਫੜੀ ਕਿੱਥੋਂ ਆ? ਅਕਲਕਾਰ ਹੋ, ਆਪਣੀ ਮਾਂ ਕੀ ਕਰ ਲਏਗਾ? ਮੈਂ ਆਪਣੇ ਆਪ ਨੂੰ ਬੁਲਾ ਲਿਆਉਂਗਾ। ਦੇ ਵਿੱਚ ਲੱਗੀ ਸੀ, ਮੈਂ ਉਤੋਂ ਛੱਪ ਕੇ ਪਾ ਕੇ ਇੱਥੇ ਲੈ ਗਿਆ। ਇਹ ਕੀ ਕਰਦੇ ਪਏ ਜੇ ਆਉਂਦੇ? ਤੁਸੀਂ ਇੱਥੇ ਕੁੱਤੀ ਚੀਕਾ ਲਾ ਲਿਆ, ਕੋਈ ਖਿਆਲ ਕਰੋ ਲੰਬੂ। ਚਲੋ ਇੱਥੋਂ ਟੱਲੀ ਹੋਵੋ। ਆ ਜਾਓ, ਮੈਂ ਤੁਹਾਨੂੰ ਇੱਕ ਹੋਰ ਮੱਕੜੀ ਦਾ ਤਾਰਾ ਕਰਵਾਵਾਂ। ਇਹ ਦੇਖੋ ਇਹ ਮੱਕੜੀ ਜੇ, ਇਹਦਾ ਨਾਮ ਹੈ ਗੁਰਗੁੱਲੀ ਮੱਕੜੀ। ਜੇ ਕਿਸੇ ਬੰਦੇ ਦੇ ਯਾਰ ਮੁੰਡੇ ਬਹੁਤ ਤੰਗ ਕਰਦੇ ਆ ਇਹਨਾਂ ਦਾ ਬੰਦੋ। ਸੋਚੋ ਉਹਨੂੰ ਕਰ ਲਵੇ ਚੁਰਲ ਪੋਚੋ। ਉਹ ਮੁਰਲੀ ਇਹੋ ਜੀ ਮੱਕੜੀ ਤੇ ਮੈਂ ਹਲੇ ਸਵੇਰੇ ਮਾਰੀ ਓ। ਇਹਨਾਂ ਨੂੰ ਛੇੜੀਦਾ ਨਹੀਂ ਹੁੰਦਾ, ਇਹ ਡੰਗ ਮਾਰ ਦਿੰਦੀਆਂ ਹੁੰਦੀਆਂ ਈ, ਜ਼ਰੀਲੀਆਂ ਬਹੁਤ ਹੁੰਦੀਆਂ ਈ। ਮੁਰਲੀ ਹਰ ਵੇਲੇ ਤੈਨੂੰ ਸੈਂਸ ਹੀ ਜੜੀ ਰਹਿੰਦੀ ਈ। ਹਾਂ ਹਾਂ ਤੇ ਆਹ ਹੁਣ ਮੈਂ ਤੁਹਾਨੂੰ
ਇੱਕ ਹੋਰ ਮੱਕੜੀ ਨਾਲ ਇੰਟਰੋਡਿਊਸ ਕਰਵਾਵਾਂ। ਜਾ ਗੱਲ ਕਰ ਜਾ ਕੇ। ਨਹੀਂ ਤੂੰ ਜਾ। ਬੁਜ਼ਦਲ ਮੁਰਲੀ ਤੂੰ ਪਿੱਛੇ ਰਹੀ ਗੰਦੀਆਂ ਤੇ ਵੇਖਣ ਕਾਲੀ ਦਈ ਫੇਰ ਵੀ ਸੋਹਣੀਆਂ ਲੱਗਦੀਆਂ ਤੇ ਫੜ ਲੈ ਸੁਨਾ ਮੀਨਾ ਕੀ ਹੋ ਰਿਹਾ ਅੱਜ ਕੱਲ ਹਲੇ ਮੈਂ ਪੜ ਰਹੀ ਆ ਮੈਂ ਵੀ ਸੋਚ ਰਿਹਾ ਬੀਏ ਕਰਨ ਤੋਂ ਬਾਅਦ ਵੈਲਡਿੰਗ ਵਾਲੀ ਦੁਕਾਨ ਪਾ ਲਾਂ ਫੇਰ ਮੈਂ ਸੋਚਦਾ ਹੈ ਕੋਈ ਕੰਮ ਪਾਇਲਟ ਬਣਾਂਗਾ ਕੰਮ ਮਾੜਾ ਡਾਕਟਰਾਂ ਦਾ ਵੀ ਨਹੀਂ ਤੇ ਫੇਰ ਅਸੀਂ ਬਹੁਤ ਸਾਰੀਆਂ ਜ਼ਹਿਰੀਲੀਆਂ ਮੱਕੜੀਆਂ ਪਕੜੀਆਂ ਉਹਨਾਂ ਮੱਕੜੀਆਂ ਚੋਂ 15 ਜ਼ਹਿਰੀਲੀਆਂ ਤਰੀਨ ਮੱਕੜੀਆਂ ਕੱਢ ਕੇ ਅਸੀਂ ਆਪਣੇ ਇਸ ਮਿਊਜ਼ੀਅਮ 'ਚ ਰੱਖ ਲਈਆਂ ਬਾਜੀ ਇਹ ਤੇ 14 ਨੇ ਹੈ 14 ਨੇ 15ਵੀਂ ਕਿੱਥੇ ਗਈ ਓਏ ਆਹੋ ਯਾਰ 15ਵੀਂ ਕਿੱਥੇ ਗਈ ਹਾਂ ਓ ਮੈਂ ਸਮਝ ਗਈ ਆ ਤੁਸੀਂ ਘਬਰਾਓ ਨਾ ਅੰਦਰ ਸੈਂਸਾਂ ਨੂੰ ਕੋਈ ਪੁੱਠੇ ਸਿੱਧੇ ਮੱਤ ਦਿੰਦੇ ਹੋਣੇ ਇਹਨਾਂ ਮਿਊਜ਼ੀਅਮ ਦੇ ਸ਼ੀਸ਼ੇ ਵੇਖ ਕਿੱਡੇ ਮਹਿੰਗੇ ਨੇ ਜਦੋਂ ਮੈਂ ਕੋਠੀ ਬਣਾਈ ਤੇ ਇਹੀ ਲਵਾਉਣੇ ਤੇ ਸ਼ੀਸ਼ੇ ਲਵਾਉਣੇ ਆ 24 ਘੰਟੇ ਸਿਰ ਵਾਉਣਾ ਇਹਨੇ ਤੂੰ ਇੱਥੇ ਪੜਨ ਆਇਆ ਕਿ ਭੁੰਡੀ ਕਰਨ ਆਇਆ ਚੱਲ ਇੱਧਰ ਚਲੋ ਵੀ ਤਮਾਮ ਸਟੂਡੈਂਟ ਨੂੰਡ ਇੱਥੇ ਦਾ ਟਾਈਮ ਹੋ ਗਿਆ ਚਲੋ ਹੁਣ ਚਲੀਏ ਮੀਨਾ ਮੈਂ ਤੇਰੀ ਇੱਕ ਫੋਟੋ ਖਿੱਚ ਲਾਂ ਮੈਂ ਆਪਣੀ ਕਿਤਾਬ 'ਚ ਲਾਉਣੀ ਆ ਓ ਮੇਰੀ ਫੋਟੋ ਮੈਂ ਜ਼ਰਾ ਫਿਰ ਉੱਥੇ ਖਲੋਨੀ ਆ ਹਾਂ ਚੱਲ ਮੈਂ ਠੀਕ ਲੱਗ ਰਹੀ ਆ ਹਾਂ ਤੇਰੇ ਵਰਗੀ ਤਾਂ ਲੱਗਦੀ ਕੋਈ ਨਹੀਂ ਚੱਲ ਫਿਰ ਛੇਤੀ ਖਿੱਚ ਦੀ ਥੋੜਾ ਹੱਸ ਵੀ ਨਾ ਇੱਦਾਂ ਹੋਰ ਖਿੱਚ ਹਾਂ ਅੱਛਾ ਮੀਨਾ ਆ ਜਾ ਬਸ ਚੱਲੀਓ ਮੀਨਾ ਤੁਹਾਨੂੰ ਸਾਰਿਆਂ ਨੂੰ ਮੈਂ ਥੱਲੇ ਆ ਰਿਹਾ ਰੋਂਦਾ ਨਾ ਰੱਖ ਨੂੰ ਘੜੇ ਚ ਉਹ ਜਨਾਬ ਮੇਰੀ ਗੱਲ ਸੁਣ ਲੋ ਮੈਂ ਤਜਰਬਾ ਕੀਤਾ ਬਾਕੀ ਥੋੜੀ ਬਹੁਤੀ ਤੇ ਹੋ ਜਾਂਦੀ ਬੰਦੇ ਕੋ ਤੁਸੀਂ ਮੇਰੀ ਨਹੀਂ ਬਸ ਬਾਈ ਬਸ ਮੁੱਕਣ ਵਾਲਾ ਉਹ ਤੁਸੀਂ ਉਹ ਜ਼ਿੱਦ ਨੂੰ ਛੱਡ ਦਿਓ ਸਾਡੇ ਸਾਰੇ ਤਜਰਬੇ ਕਾਮਯਾਬ ਹੋ ਗਏ ਨੇ ਉਹ ਜਿਹੜੀ ਪਹਿਲੇ ਗੜਬੜ ਹੋਈ ਸੀ ਉਹਦੇ ਚ ਕਿੰਨਾ ਨੁਕਸਾਨ ਹੋਇਆ ਸੀ ਸਰਕਾਰ ਉਹ ਤੇ ਐਵੇਂ 2-4 ਕੋਈ 20 ਕਰੋੜ ਦਾ ਹੋਇਆ ਸੀ 2-4 20 ਕਰੋੜ ਓਏ ਮੂੰਹ ਬੰਦ ਰੱਖ ਸਰਕਾਰ ਖਰਚੇ ਤੇ ਹੁੰਦੇ ਰਹਿੰਦੇ ਆ ਲੇਕਿਨ ਹੁਣ ਜਿਹੜਾ ਤਜਰਬਾ ਹੋਇਆ ਉਮੀਦ ਆ ਪੂਰੀ ਆਵਾਮ ਸਾਡੇ ਤੇ ਫਖਰ ਕਰੇਗੀ ਤੂੰ ਅਗੂ ਹਟ ਸਰਕਾਰ ਤਜਰਬੇ ਦੇ ਦੋ ਹੀ ਨੁਕਸ ਰਹਿ ਗਏ ਨੇ ਬਸ ਤੇਰੀ ਬਕਵਾਸ ਨਹੀਂ ਬੰਦ ਹੁੰਦੀ ਘੜਿਚ ਸਾਹਿਬ ਮੈਂ ਕਿਹਾ ਤੁਸੀਂ ਸਾਨੂੰ ਵੀ ਅੰਦਰੋਂ ਅੰਦਰੀ ਘੜਿਚ ਘੜਿਚ ਕਰੀ ਜਾਂਦੇ ਪਏ ਜੇ ਉਹ ਕੁਝ ਖੁਦਾ ਦਾ ਖੌਫ ਕਰੋ ਕੁਝ ਬਣਾ ਲਓ ਘੜਿਚ ਸਾਹਿਬ ਇਸ ਤਜਰਬੇ ਵਾਸਤੇ ਅਸੀਂ ਤੁਹਾਨੂੰ ਜਿੰਨੀ ਮੁੱਲ ਦੇ ਚੁੱਕੇ ਹਾਂ ਬਹੁਤ ਆ ਤੇ ਇਸ 27 ਤਰੀਕ ਨੂੰ ਜ਼ੀਰੇ ਵਾਲਾ ਖੁਦ ਦੌਰੇ ਤੇ ਆ ਰਹੇ ਆ ਜੇ ਉਦੋਂ ਤੱਕ ਤੇਰਾ ਇਹ ਇਨਸਾਨੀ ਤਾਕਤ ਵਧਾਉਣ ਵਾਲਾ ਤਜਰਬਾ ਕਾਮਯਾਬ ਨਾ ਹੋਇਆ ਤੇ ਫਿਰ ਸਮਝ ਲਾ ਸਾਡੀ ਟਿੰਡ ਹੋ ਗਈ ਤੇ ਅਸੀਂ ਵਾਲ ਤੇਰੇ ਸਿਰ ਤੇ ਵੀ ਨਹੀਂ ਰਹਿਣ ਦੇਣੇ ਸਮਝਿਆ ਮੈਂ ਕਿਹਾ ਮੁਰਲੀ ਦੀ ਮਾਂ ਲੱਗ ਗਿਆ ਤੇਰਾ ਬਲਬ ਕਰਲਾ ਹਾਰ ਸ਼ੰਗਾਰ ਜਿਹੜੇ ਤੂੰ ਕਰਨੇ ਬੁੱਢੇ ਬਾਰੇ ਕਰ ਲਓ ਗੱਲ ਮੈਨੂੰ ਕੌਲੀ ਫੜਾਉਣਾ ਧੋਣਾ ਲਈ
लो सरकार वेला भांडे भी नहीं धोंदा पूरा फड़ा अखबार चल वेखदे आ शायद इच्चे कोई नौकरी दा इश्तिहार लब जावे सूफी अमल खालद शाह शादी से इनकार क्यों बंगला किराए पर हासिल करें बच्चा गुमशुदा ओ पॉजिटिव खून की अशद जरूरत है मुरली दी मां अखबार दे विच तां कुछ नहीं आ मैं दुबई फोन करूं अपने भरा नूं मां मर गई बुड्ढे बारे मैनूं छड्ड के जुदाइयां पा के दूर जाना चाहुंना अपने पुत मुरली नूं भी छड्ड के खसमां नूं खांदियां नौकरियां मेरे कोल रहि आ मुरली आया मेरा पुत मैं तलिया पकाया अपने पोतली गुड़ वाला सुनाओ पुत्रा किदा रही आज दी तेरी सर्दी मेरी तबीयत नहीं ठीक मैं सोन लगा मां सदके जावे भूखा ही नहीं मैं बारो खाया सी कोई मकड़ियां दी तस्वीरें भी ले आया खिंच के हां जी ले आया वा इनू आज की होया ਡਾਕਟਰ ਘੜੇ ਚ ਇਹ ਕੈਮੀਕਲ ਠੀਕ ਨਹੀਂ ਬਣਿਆ ਸਾਨੂੰ ਇਹਦੇ ਨਾਲ ਕੋਈ ਤਜਰਬਾ ਨਹੀਂ ਕਰਨਾ ਚਾਹੀਦਾ ਉਹ ਘੜੇ ਚ ਸਾਹਿਬ ਮੁੜ ਜਾਓ ਇਹ ਬੜਾ ਖਤਰਨਾਕ ਤਜਰਬਾ ਜੇ ਉਹ ਪੁਸਤਲ ਨਾ ਬੰਨ ਓਏ ਖਤਰਿਆਂ ਨਾਲ ਖੇਲ ਕੇ ਤਜਰਬੇ ਕਾਮਯਾਬ ਹੁੰਦੇ ਨੇ ਅੱਛਾ ਫੇ ਮੈਨੂੰ ਪਿੱਛੋਂ ਵੱਡੇ ਡਾਕਟਰ ਮਗਾਉਣ ਦਿਓ ਉਹ ਚੰਗਾ ਬੰਦੋਬਸਤ ਕਰ ਲੈਣਗੇ ਬਸ ਦੋ ਕੁ ਘੰਟਿਆਂ ਚ ਆ ਜਾਣਗੇ ਬਸ ਕਰ ਮੈਂ ਜਾਣਦਾ ਤੇਰੇ ਡਾਕਟਰਾਂ ਨੂੰ ਪਤਾ ਨਾ ਉਸ ਦਿਨ ਉਹ ਕੀ ਕਹਿ ਕੇ ਗਿਆ ਕਿੰਨੀ ਬਿਸਤੀ ਕਰਕੇ ਗਿਆ ਤੇ ਮੈਂ ਹੁਣ ਕੁਛ ਉਹਨਾਂ ਨੂੰ ਕਰਕੇ ਦਿਖਾਵਾਂਗਾ ਤੂੰ ਬਸ ਮੈਨੂੰ ਉਹ ਕੈਮੀਕਲ ਫੜਾ ABCD ਵਾਓ ਨੂੰ ਹਮ ਜਾ ਓਏ ਉਹ ਕੀ ਕਰਨਾ ਹੈ ਇਹਦੇ ਪੀਣ ਤੋਂ ਬਾਅਦ ਜਦੋਂ ਮੈਂ ਭਾਫ ਲੈਣੀ ਆ ਫੇਰ ਵੇਖੀ ਕੀ ਅਸਰ ਹੁੰਦਾ ਅਫਸੋਸ 12 ਸਾਲ ਹੋ ਗਏ ਬੜੇ ਬੜੇ ਡਾਕਟਰ ਫੇਲ ਹੋ ਗਏ ਪਰ ਕੋਈ ਵੀ ਇਨਸਾਨੀ ਤਾਕਤ ਵਧਾ ਨਹੀਂ ਹੋ ਸਕਿਆ